ਬੀਜਪੀ ਆਰਐਸਐਸ ਸਰਕਾਰ ਜਿਹੜੀ ਹਰਿਆਣੇ ਚ ਮਿਸਟਰ ਖੱਟਰ ਤੇ ਮਤਸਵੀ ਉਹਨਾਂ ਦਾ ਹੋਮ ਮਿਨਿਸਟਰ ਵਿਜ ਸਾਬ ਚਲਾ ਰਹੇ ਹੈ ਉਹਨਾਂ ਨੇ ਸਰਸਾ ਸਾਧ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ ਇਹ ਸਾਡੇ ਲਈ ਬਹੁਤ ਖਤਰੇ ਦੀ ਘੰਟੀ ਹੈ ਕਿਉਂ ਕਰਕੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਰਦਾਰ ਸੁਖਬੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਜ਼ੋਰ ਪਾ ਕੇ ਸਰਸੇ ਸਾਥ ਨੂੰ ਮਾਫੀ ਦਵਾਤੀ ਸੀਗੀ ਔਰ ਮੈਂ ਹਿੰਦੂਤਵਾ ਕੋ ਮੁਤ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਵਧੀਆ ਦਿਨ ਸੀਗੇ ਉਹ ਹੁਣ ਖਤਮ ਹੋ ਗਏ ਐ 트럼ਪ ਸਾਹਿਬ ਚਲੇ ਗਏ ਜਿਨ੍ਹਾਂ ਦੇ ਸਿਰ ਦੇ ਉੱਤੇ ਬੰਤੀ ਸਾਹਿਬ ਤੇ ਬੀਜੇਪੀ ਆਰਐਸਐਸ ਵਾਲੇ ਤੁਸੀਂ ਨੱਚਦੇ ਸੀਗੇ ਹੁਣ ਡੈਮੋਕ੍ਰੇਟਸ ਦਾ ਰਾਜ ਆਇਆ ਤੇ ਇਹਨਾਂ ਨੇ ਬਿਲਕੁਲ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਦੇ ਉੱਤੇ ਪੂਰੀ ਨਿਗਾਹ ਦੇਣੀ ਹੈ ਸੋ ਮਿਸਟਰ ਵਿਜ ਤੇ ਮਿਸਟਰ ਖੱਟਰ ਜੋ ਕੁਝ ਤੁਸੀਂ ਕਰ ਰਹੇ ਹੋ ਤੁਹਾਡੇ ਨਾਲ ਕੋਈ ਜ਼ਿੰਮੇਵਾਰ ਉੱਥੇ ਹੈ ਨਹੀਂਗਾ ਕੋਈ ਕਿਸਾਨ ਤੁਹਾਡੇ ਨਾਲ ਨਹੀਂ ਹੈ ਜਿਹੜੇ ਤੁਸੀਂ ਰੁੱਸੇ ਹੋਏ ਪੰਜਾਬੀ ਹਰਿਆਣੇ ਦੇ ਵਿੱਚ ਜਾ ਵਸਿਓ ਤੇ ਹਰਿਆਣੀਆਂ ਨੂੰ ਰਾਜ ਤੋਂ ਲਾਹ ਦਿੱਤਾ ਸਰ ਛੋਟੂ ਰਾਮ ਦੇ ਬੰਦਿਆਂ ਨੂੰ ਥੱਲੇ ਲਾਹਤਾ ਤੇ ਆਪ ਤੁਸੀਂ ਉੱਥੇ ਰਾਜ ਫੜ ਲਿਆ ਮੈਂ ਸਮਝਦਾ ਕਿ ਸਿੱਖਾਂ ਨੇ ਬਰਦਾਸ਼ਤ ਨਹੀਂ ਕਰਨਾ ਇਹ ਮੇਰੀ ਗੱਲ ਸੁਣ ਲਓ ਤੇ ਇਹਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਜਪੀ ਆਰਐਸਐਸ ਸੁਖਬੀਰ ਸਿੰਘ ਖਬਰਦਾਰ ਹੋ ਜਾਣ ਕਿਉਂ ਕਰਕੇ ਇਹਦੇ ਤੇ ਰੋਸ ਬਹੁਤ ਜਿਆਦਾ ਸਿੱਖ ਕੌਮ ਦਾ ਚੱਲ ਪਿਆ ਮੈਂ ਆਸ ਕਰਦਾ ਹਾਂ ਸਿੱਖ ਕੌਮ ਹੁਣ ਸਾਡੀ ਗੱਲ ਸੁਣੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ